ਆਪਣੇ ਪੈਸੇ ਬਚ ਗਏ। ਹਾਂਜੀ ਗਾਇਜ਼, ਕਿੱਦਾਂ ਸਾਰੇ? ਆਈ ਹੋਪ ਸਾਰੇ ਵਧੀਆ। ਸੋ ਵੈਲਕਮ ਬੈਕ ਟੂ ਦਾ ਚੈਨਲ, ਜਿਹਦਾ ਨਾਮ ਹੈ ਜੀ ਕਨਿਸ਼ PB02। ਅਤੇ ਅੱਜ ਲੈ ਕੇ ਆਇਆ ਨਵਾਂ ਵਲੋਗ। ਸੋ ਅੱਜ ਅਸੀਂ ਚੱਲੇ ਹਾਂ ਜੀ ਹਿਮਾਚਲ, ਅਤੇ ਬੱਸ ਤਿਆਰ ਸ਼ਿਆਰ ਹੋਣ ਲੱਗੇ ਹਾਂ। ਬੱਸ 'ਚ ਜਾਣਾ ਵਾ ਜਾਂ ਟ੍ਰੇਨ 'ਚ ਜਾਵਾਂਗੇ, ਤਾਂ ਕਰਕੇ ਇਹੋ ਪਜਾਮਾ ਟੀ ਸ਼ਰਟ ਹੀ ਪਾਉਣ ਲੱਗਾ ਵਾਂ। ਅਤੇ ਮੈਂ ਤੁਹਾਨੂੰ ਪਿਛਲੇ ਵਲੋਗ 'ਚ ਵੀ ਸ਼ਾਇਦ ਦੱਸਿਆ ਹੋਵੇ ਕਿ ਮੈਂ ਹੁਣ ਜਾਣਾ ਹਿਮਾਚਲ, ਅਤੇ ਉੱਥੇ 2-3 ਜਗ੍ਹਾ ਜਾਵਾਂਗੇ, ਅਤੇ ਜਿਹੜੀਆਂ ਹਿਡਨ ਪਲੇਸਿਸ ਆ ਵਧੀਆ ਵਧੀਆ, ਜਿੱਦਾਂ ਵਾਟਰਫਾਲਸ ਹੋ ਗਏ, ਕਈ ਜਗ੍ਹਾ ਮਤਲਬ ਜਾਣਾ ਵਾ। ਹੁਣ ਥੋੜ੍ਹੇ ਟਰੈਵਲਿੰਗ ਵਾਲੇ 2-4 ਵਲੋਗ ਆਉਣਗੇ ਹੁਣ, ਅਤੇ ਵਲੋਗ ਨੂੰ ਐਂਡ ਤੱਕ ਜ਼ਰੂਰ ਵੇਖਿਓ। ਅੱਜ ਅਸੀਂ ਅੰਮ੍ਰਿਤਸਰ ਤੋਂ ਹਿਮਾਚਲ ਦਾ ਵਲੋਗ ਬਣਾਵਾਂਗੇ, ਬਾਅਦ 'ਚੋਂ ਹਿਮਾਚਲ ਤੋਂ ਗਾਂਹ ਜਦੋਂ ਜਾਵਾਂਗੇ ਅਤੇ ਉਹ ਵੀ ਤੁਹਾਨੂੰ ਵਲੋਗ ਮਿਲਦੇ ਰਹਿਣਗੇ। ਅਤੇ ਇੱਕ ਵਲੋਗ ਹਲੇ ਐਡਿਟ ਹੋਣ ਦਿਆ ਵਾ, ਅਤੇ ਅੱਜ ਕੱਲ੍ਹ ਦੇ ਵਿੱਚ ਪੈ ਜਾਣਾ, ਮਤਲਬ ਇਸ ਵਲੋਗ ਤੋਂ ਪਹਿਲੇ ਉਹ ਵਾਲਾ ਵਲੋਗ ਆਏਗਾ, ਉਹ ਵੀ ਜਾ ਕੇ ਵੇਖੋ ਅਤੇ ਦੱਸਿਓ ਕਿੱਦਾਂ ਦਾ ਬਣਿਆ। ਅਤੇ ਬਸ ਫਿਰ ਤਿਆਰ ਹੋ ਕੇ, ਅਤੇ ਆਹ ਵੇਖੋ ਬੈਗ ਵੀ ਰੈਡੀ ਕਰ ਲਿਆ ਹੋਇਆ, ਇਹ 'ਚ ਵੀ ਕਾਫੀ ਕੱਪੜੇ ਮੈਂ ਰੱਖੇ ਹੋਏ ਆ। ਤਿਆਰੀ ਆਪਣੀ ਪੂਰੀ ਆ, ਅਤੇ 5-6 ਦਿਨ ਲਾ ਕੇ ਆਵਾਂਗੇ ਆਰਾਮ ਨਾਲ, ਠੰਡੇ ਹੋ ਕੇ ਆਵਾਂਗੇ ਜਰਾ। ਹੁਣ ਮੈਂ ਹੋ ਚੁੱਕਿਆ ਜੀ ਰੈਡੀ, ਅਤੇ ਪਜਾਮਾ ਟੀ ਸ਼ਰਟ ਪਾਉਣਾ ਹੀ ਬਸ, ਅਤੇ ਪਾ ਲਿਆ, ਅਤੇ ਹੁਣ ਬਸ ਚੱਲੇ ਹਾਂ ਬਾਹਰ ਨੂੰ। ਹੁਣ ਮੈਨੂੰ ਗਾਂ ਘਰ ਦੇ ਛੱਡ ਆਣਗੇ ਸਟੇਸ਼ਨ ਤੱਕ ਜਾਂ ਬੱਸ ਸਟੈਂਡ ਤੱਕ। ਗਾਇਸ ਪਹੁੰਚ ਚੁੱਕੇ ਹਾਂ ਰੇਲਵੇ ਸਟੇਸ਼ਨ, 1:30 ਵਜੇ ਜਾਣੀ ਟ੍ਰੇਨ। ਸੋ ਗਾਇਸ ਰੇਲਵੇ ਸਟੇਸ਼ਨ ਪਹੁੰਚ ਚੁੱਕੇ ਹਾਂ, ਹਾਲੇ ਟ੍ਰੇਨ ਨਹੀਂ ਆਈ, 1:30 ਵਜੇ ਆਉਣੀ ਟ੍ਰੇਨ। ਹਾਂ ਪਤਾ ਨਹੀਂ ਕਿਹੜੀ ਟ੍ਰੇਨ ਆ, ਵੱਖ ਜਿਹੀ ਆ। ਨਾਲੇ ਹੁਣ ਮੈਂ ਆਪਣੇ ਹੈੱਡਫੋਨ ਵਗੈਰਾ ਲਾ ਲੈਣੇ, ਕਿਉਂਕਿ ਰਸ਼ ਰੁਸ਼ ਬਹੁਤ ਹੋਣਾ ਵਾ, ਅਤੇ ਪਤਾ ਨਹੀਂ ਆਵਾਜ਼ ਆਵੂਜ਼ ਕਲੀਅਰ ਆਵੇ ਕਿ ਨਾ। ਅਤੇ ਯਾਰ ਗਾਇਸ ਟਿਕਟ ਬੜੀ ਸਸਤੀ ਹੋ ਗਈ ਹੈ ਇਸ ਵਾਰ, ਤਾਂ 25 ਰੁਪਏ ਦੀ ਮਿਲੀ ਬਸ ਮੈਨੂੰ। ਪਠਾਨਕੋਟ ਦੀ ਟਿਕਟ ਸਿਰਫ 25 ਰੁਪਏ ਦੀ। ਅੱਗੇ ਮੈਂ ਲੈਂਦਾ ਹੁੰਦਾ ਟਿਕਟ, ਅਤੇ ਮੇਰੇ ਖਿਆਲ ਨਾਲ 50-70 ਰੁਪਏ ਦੀ ਮਿਲਦੀ ਹੁੰਦੀ ਸੀ ਟਿਕਟ, ਪਰ ਅੱਜ 25 ਰੁਪਏ ਦੀ ਮਿਲੀ, ਮੈਂ ਤਾਂ ਆਪ ਹੈਰਾਨ ਹੋ ਗਿਆ, ਪਤਾ ਨਹੀਂ ਇੱਦਾਂ ਕੀ ਹੋਇਆ। ਬਾਕੀ ਚੰਗੀ ਗੱਲ ਹੈ, ਆਪਣੇ ਪੈਸੇ ਬਚ ਗਏ।
ਪਠਾਨਕੋਟ ਪਹੁੰਚ ਚੁੱਕੇ ਹਾਂ ਗਾਈਸ। ਰਸ਼ ਬਹੁਤ ਜ਼ਿਆਦਾ ਹੈ, ਬਹੁਤ ਜ਼ਿਆਦਾ ਰਸ਼ ਸੀਗਾ ਟ੍ਰੇਨ ਦੇ ਵਿੱਚ, ਇਸ ਕਰਕੇ ਮੈਂ ਜ਼ਿਆਦਾ ਵੀਡੀਓ ਸ਼ੂਟ ਨਹੀਂ ਕੀਤੀ। ਅਤੇ ਖੜ੍ਹੇ ਹੋ ਕੇ ਪਹੁੰਚੇ ਪਠਾਨਕੋਟ, ਅਤੇ ਬਾਕੀ ਅੱਗੇ ਦਾ ਵੀ ਸਫ਼ਰ ਵਿਖਾਉਂਦੇ ਤੁਹਾਨੂੰ। ਹੁਣ ਗਾਂ ਹੀ ਜਾਵਾਂਗੇ ਬੱਸ ਸਟੈਂਡ, ਅਤੇ ਉੱਥੋਂ ਫੜਾਂਗੇ ਬੱਸ। ਇੱਥੇ ਆ ਹੁੰਦੇ ਆ ਟੈਂਪੂ ਸਟੈਂਡ, ਪਤਾ ਨਹੀਂ ਭੂੰਡ ਹੁੰਦੇ ਹੈਗੇ ਟੈਂਪੂ ਹੁੰਦੇ ਆ, ਇਹ ਬਹੁਤ ਚੱਲਦੇ ਹੁੰਦੇ ਵੀ ਇੱਥੇ ਆ ਜਿਹੜੇ ਨਹੀਂ ਜਾਂਦੇ। ਅੰਦਰ ਜਾ ਕੇ ਪੁੱਛਣਾ ਪਊਗਾ ਹਿਮਾਚਲ ਦੀ ਬੱਸ, ਹਿਮਾਚਲ ਦੀ ਬੱਸ ਪੁੱਛ ਕੇ ਅਤੇ ਫਿਰ ਹਿਮਾਚਲ ਨੂੰ ਚੱਲੀਏ। ਮੈਂ ਤਾਂ ਸਾਰਾ ਰਾਹ ਜਿਹੜਾ ਵਾ ਸਾਰਾ ਰਾਹ ਆਪਣਾ ਮੈਂ ਐਡੀਟਿੰਗ ਕਰ ਲਈ, ਇੱਕ ਵੀਡੀਓ ਐਡਿਟ ਕਰ ਲਈ ਜਿਹੜੀ ਵਲੌਗ ਪਾਉਣਾ ਵਾ ਪਹਿਲਾਂ, ਅਤੇ ਬਾਕੀ ਮੈਂ ਦੂਜਾ ਜਿਹੜਾ ਗਾਣੇ ਗੁਣੇ ਸੁਣ ਕੇ ਤਾਂ ਆ ਗਏ ਹਾਂ। ਜੋ ਵੀ ਮੇਰੇ ਤੋਂ ਜਿੰਨਾ ਵੀ ਮੇਰੇ ਤੋਂ ਹੋਊਗਾ ਮੈਂ ਤੁਹਾਨੂੰ ਵਧੀਆ ਤੋਂ ਵਧੀਆ ਵਲੌਗ ਬਣਾ ਕੇ ਅਤੇ ਦਿਖਾਊਂਗਾ। ਬਾਕੀ ਯਾਰ ਸ਼ਰਮ ਨਹੀਂ ਆਉਂਦੀ ਹਾਲੇ ਥੋੜ੍ਹੀ ਥੋੜ੍ਹੀ, ਅਤੇ ਲੋਕ ਵੇਖਦੇ ਹਨ ਜਦੋਂ ਹਾਲੇ ਝਾਕਾ ਜਿਹਾ ਹੁੰਦਾ ਵਾ, ਬਾਕੀ ਹੌਲੀ ਹੌਲੀ ਹੈ ਲੱਗ ਜਾਏਗਾ ਪਤਾ। ਬਾਕੀ ਚਲੀਏ ਹੁਣ ਹਿਮਾਚਲ ਨੂੰ, ਬੱਸ ਵੀ ਮਿਲ ਗਈ ਆ ਹਿਮਾਚਲ ਦੀ। ਸੋ ਗਾਈਜ਼ ਪਹੁੰਚ ਚੁੱਕੇ ਹਾਂ ਜਸੂਰ, ਪੁੱਲ ਬਣਨ ਦਿਆ, ਕੰਸਟਰਕਸ਼ਨ ਹੁੰਦਾ ਹੀ ਆ, ਘੱਟਾ ਮਿੱਟੀ ਬਹੁਤ ਜ਼ਿਆਦਾ। ਹੁਣ ਇੱਧਰੋਂ ਹੀ ਗਾਂ ਫਿਰ ਇੱਕ ਬੱਸ ਲੈਣੀ ਆ ਜਵਾਲੀ ਦੀ ਕਾਂਗੜਾ, ਦੇਖਦੇ ਹਾਂ ਕਿੰਨਾ ਚਿਰ ਲੱਗੂਗਾ ਮੈਨੂੰ। Yeah.
ਗਾਇਜ਼ ਅਸੀਂ ਪਹੁੰਚ ਗਏ ਹਿਮਾਚਲ ਅਤੇ ਬਹੁਤ ਥਕਾਵਟ ਹੋ ਗਈ ਸੀ ਤਾਂ ਕਰਕੇ ਮੈਂ ਬਾਅਦ 'ਚ ਸੌ ਗਿਆ ਰੋਟੀ ਰੋਟੀ ਖਾ ਕੇ ਅਤੇ ਕੋਈ ਕਲਿੱਪ ਵਗੈਰਾ ਨਹੀਂ ਸ਼ੂਟ ਕੀਤੀ ਅਤੇ ਬਾਕੀ ਇੰਨਾ ਕੁ ਸੀ ਅੱਜ ਦਾ ਵਲੋਗ। ਜੇ ਤੁਹਾਨੂੰ ਚੰਗਾ ਲੱਗਾ ਤਾਂ ਲਾਈਕ ਕਰੋ ਸਬਸਕ੍ਰਾਈਬ ਕਰੋ ਅਤੇ ਸ਼ੇਅਰ ਵੀ ਕਰ ਦਿਓ। ਸੋ ਮਿਲਦੇ ਹਾਂ ਅਗਲੇ ਨੈਕਸਟ ਵਲੋਗ 'ਚ, ਸ਼ਾਇਦ ਘੁੰਮਣ ਜਾਵਾਂਗੇ ਕਿਤੇ ਅਤੇ ਪਾ ਦਾਂਗੇ ਵਲੋਗ, ਜੇ ਨਹੀਂ ਜਾਵਾਂਗੇ ਤਾਂ ਹੀ ਪਾ ਦਾਂਗੇ। ਅਤੇ ਬਾਕੀ ਵਲੋਗ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਅਤੇ ਐਂਡ ਤੱਕ ਜ਼ਰੂਰ ਵੇਖਿਓ। ਓਕੇ।